ਆ ਵੀਰ ਹੁਣੀ ਵੀ ਪੱਬੀਆਂ ਪਿੰਡ ਤੋਂ ਆਏ ਹੋ ਜਾਂਦਾ ਵੀਰ। ਜਿਹੜੀ ਬਰਮਾ ਜਿਹੜਾ ਟਰੈਕਟਰ ਨਾਲ ਚੱਲਦਾ ਨਾ, ਜਿਹੜੇ ਪੀਟੀਓ ਨਾਲ ਚੱਲਦਾ, ਜੇ ਕਿਸੇ ਵੀ ਪਿੰਡ ਦੇ ਵਿੱਚ ਹੈਗਾ ਤਾਂ ਵੀਰੇ ਸਾਨੂੰ ਇੱਕ ਦੋ ਦਿਨ ਵਾਸਤੇ ਦੇ ਸਕਦਾ ਨਾ ਵੀਰੇ, ਪਲੀਜ਼ ਸਾਨੂੰ ਦੱਸ ਦਿਓ। 98 41 7 00 41 ਦੇ ਉੱਤੇ ਵੀਰੇ ਕਾਲ ਕਰ ਦਿਓ, 98 41 7 00 41 ਦੇ ਉੱਤੇ ਵੀਰੇ ਸਾਨੂੰ ਦੋ ਦਿਨ ਵਾਸਤੇ ਚਾਹੀਦੀ ਆ ਗੁਰੂਸਰ ਪਿੰਡ ਦੇ ਵਿੱਚ ਕੌਂਕੇ ਕਲਾਂ ਨਾਲ। ਜੇ ਕੋਈ ਪੱਟੂਗਾ ਕਰੂਗਾ ਤੇ ਉਹ ਕੋਈ ਨੁਕਸਾਨ, ਉਹ ਜ਼ਿੰਮੇਵਾਰ ਆ, ਕੋਈ ਵੀ ਯਾਰ ਵੀ ਚਾਹੇ ਯਾਰ ਆਪਾਂ ਖੇਤਾਂ ਦੇ ਵਿੱਚ ਬਈ ਅਗਲੇ ਸਾਲ ਤੋਂ ਵੱਧ ਗਰਮੀ ਹੋਊਗੀ, ਉਹ ਤਾਂ ਆਪਾਂ ਅੰਦਰ ਬਹਿਣ ਦਾ ਕੰਮ ਆ। ਜੇ ਹੁਣ ਲਾਵਾਂਗੇ ਗਾਂ ਨੂੰ ਘਟੂ ਗਰਮੀ, ਗਰਮੀ ਆ ਆਹ ਵਾ ਫੋਨ ਲਾਈਦਾ ਵਾ, ਆ ਗਏ ਬਾਈ 5 ਮਿੰਟ ਚ ਕੱਪੜੇ ਬਦਲ ਕੇ ਆ ਗਏ, ਉਹ ਕਰਕੇ ਆ ਗਏ ਬਾਈ, ਮੁੜ ਕੇ ਬਾਈ ਕੋਈ ਨਹੀਂ ਆਉਂਦਾ, ਕਿਆ ਵੀਰ ਹੁਣੀ ਵੀ ਪੱਬੀਆਂ ਪਿੰਡ ਤੋਂ ਆਏ ਹੋਇਆ ਨਰਸਰੀ ਦੇ ਵਿੱਚ, ਇੱਥੇ ਅਲੀਗੜ੍ਹ ਵਾਲੀ ਨਰਸਰੀ ਦੇ ਵਿੱਚ ਆਏ ਹੋਇਆ, ਤੇ ਤੁਸੀਂ ਕਿੰਨੇ ਬੂਟੇ ਲੈ ਕੇ ਬਾਈ? ਅਸੀਂ 1500 ਬੂਟੇ ਜੀ। 1500 ਬੂਟਾ ਲੈ ਕੇ ਜਾਣਾ ਤੇ ਪਿੰਡ ਦੇ ਆਸੇ ਪਾਸੇ ਲਾਉਣਾ ਤੁਸੀਂ? ਸਾਰੇ ਪਿੰਡ ਖੇਤੀਬਾੜੀ ਜਿੰਨੇ ਵੀ ਆਪਣੇ ਮੈਂਬਰ ਨੇ ਉਹਨਾਂ ਨੂੰ 5-5 ਬੂਟੇ ਸੀ ਦੇਣੇ, ਸੜਕਾਂ ਦੇ ਉੱਤੇ ਵੀ, ਸੜਕਾਂ ਉੱਤੇ ਵੀ ਤੇ ਆਸੇ ਪਾਸੇ ਪਿੰਡ ਦੇ ਖੇਤਾਂ ਦੇ ਸਾਰੇ ਉੱਤੇ ਲਾ ਦੇਣੇ, ਸੜਕਾਂ ਤੇ ਆਪਣੇ ਮੋਟਰਾਂ। 5 5 ਬੂਟੇ ਹਰੇਕ ਮੈਂਬਰ ਨੂੰ ਦੇਣੇ ਆ, ਉਹ ਆਪਦੀ ਮਰਜ਼ੀ ਨਾਲ ਜਿੱਥੇ ਮਰਜ਼ੀ ਲਾਵੇ ਪਰ ਲਾਉਣੇ ਹੀ ਆਉਣੇ। ਜੇ ਕੋਈ ਪੱਟੂਗਾ ਕਰੂਗਾ ਤੇ ਉਹ ਕੋਈ ਨੁਕਸਾਨ, ਉਹ ਜ਼ਿੰਮੇਵਾਰ ਆ, ਕੋਈ ਵੀ ਯਾਰ ਵੀ ਚਾਹੇ ਯਾਰ ਆਪਾਂ ਖੇਤਾਂ ਦੇ ਵਿੱਚ ਵੀ ਲਾਉਂਦੇ ਹਾਂ ਨਾ, ਉਹ ਆਪਦੇ ਆਪ ਬੰਦੇ ਨੂੰ ਕੇਅਰ ਕਰਨੀ ਚਾਹੀਦੀ ਹੈ, ਕਿਉਂਕਿ ਪਾਣੀ ਵੀ ਥੱਲੇ ਜਾ ਰਿਹਾ ਵਾ ਤੇ ਬਲਕਿ ਆਕਸੀਜਨ ਦੀ ਕਮੀ ਵੀ ਆ ਤੇ ਮੀਂਹ ਤਾਂ ਪੈਂਦੇ ਨੀ ਹੈਗੇ। ਸਰਕਾਰ ਨੇ ਜਿਹੜੇ ਬੂਟੇ ਪੱਟਣੇ ਉਹ ਤਾਂ ਉਹਨਾਂ ਨੇ ਪੜਤੇ, ਸੜਕਾਂ ਬਣਾਉਣ ਦੇ ਮਾਰਿਆਂ ਨੇ, ਇਹਦਾ ਹੁਣ ਆਪਾਂ ਨੂੰ ਫਰਜ਼ ਬਣਦਾ ਵੀ ਆਪਾਂ ਬੰਦੇ ਬੂਟੇ ਆਪਾਂ ਲਾਈਏ, ਹੈ ਨਾ, ਬੂਟੇ ਲਾਈਏ, ਵੱਧ ਤੋਂ ਵੱਧ ਬੂਟੇ ਲਾਈਏ ਤੇ ਉਹਨਾਂ ਨੂੰ ਸੰਭਾਲੀਏ। ਆਕਸੀਜਨ ਦੀ ਕਮੀ ਨੂੰ ਦੂਰ ਕਰਨ ਵਾਸਤੇ ਤੇ ਪਾਣੀ ਦੀ ਜਿਹੜੀ ਕਿੱਲਤ ਆ ਰਹੀ ਆ ਉਹਨੂੰ ਮੁੱਖ ਰੱਖਦਿਆਂ ਹੋਇਆਂ ਪਿੰਡ ਦੇ ਨੌਜਵਾਨਾਂ ਵੱਲੋਂ, ਗੁਰੂਸਰ ਦੇ ਅਤੇ ਕੌਂਕੇ ਕਲਾਂ ਦੇ ਮੁੰਡੇ ਵੱਲੋਂ ਰਲ ਕੇ ਅੱਜ ਤਕਰੀਬਨ 500 ਬੂਟਾ ਸੀ ਅੱਜ ਅਲੀਗੜ੍ਹ ਵਾਲੀ ਨਰਸਰੀ ਦੇ ਵਿੱਚੋਂ ਪਿੰਡ ਨੂੰ ਲੈ ਕੇ ਚੱਲੇ ਹਾਂ, ਦੱਦੀ ਜਾ ਰਹੇ ਹਾਂ, ਟਰਾਲੀ ਸਾਡੀ ਉਹ ਸਾਹਮਣੇ ਖੜ੍ਹੀ ਆ ਅਤੇ ਨੇਕਾਂ ਨਹਿਮਾਂ ਵਗੈਰਾ ਅਸੀਂ ਪਾਮ ਵਗੈਰਾ ਲੈ ਲਏ ਆ ਅਤੇ ਬਾਕੀ ਹੋਰ ਤੁਸੀਂ ਦੱਸੋ ਵੀ ਕਿਹੜੇ ਕਿਹੜੇ ਬੂਟੇ ਹੋਰ ਸਾਨੂੰ ਲਾਉਣੇ ਚਾਹੀਦੇ ਆ। ਅਤੇ ਇੱਕ ਇਹ ਆ ਵੀ ਸਾਰਿਆਂ ਨੂੰ ਬੇਨਤੀ ਆ ਵੀ ਬੁੱਲ ਫਲ ਜਿਹੜੇ ਬੂਟੇ ਆ ਜਿਹੜੇ ਵੀ ਚਾਹੇ ਡੇਕ ਆ ਚਾਹੇ ਨਿੰਮ ਆ, ਹਰ ਇੱਕ ਦੇ ਘਰਾਂ ਦੇ ਵਿੱਚ ਵੀ ਅਤੇ ਆਪਦੇ ਪਿੰਡਾਂ ਦੇ ਮੋੜਾਂ ਉੱਤੇ ਵੀ ਅਤੇ ਰਾਹਾਂ ਦੇ ਉੱਤੇ ਵੀ ਬਾਈ ਬਣ ਕੇ ਜ਼ਰੂਰ ਲਾਓ। ਅਤੇ ਸਾਹਮਣੇ ਇਹ ਯਾਨੀ ਕਿ ਦਰੱਖਤ ਵਗੈਰਾ ਦੀ ਕਟਾਈ ਹੋ ਗਈ, ਸਫੈਦੇ ਵਗੈਰਾ ਕੱਟੇ ਗਏ, ਦਰੱਖਤ ਸਾਰੇ ਕੱਟੇ ਗਏ ਸੀ ਅਤੇ ਮੀਹਾਂ ਦੀ ਕਮੀ ਵੀ ਤੁਹਾਨੂੰ ਪਤਾ ਵੀ ਮੀਹਾਂ ਦੀ ਕਮੀ ਵੀ ਬਾਈ ਜੀ ਬਹੁਤ ਜ਼ਿਆਦਾ ਪੈ ਰਹੀ ਹੈ ਨਾ, ਉਹਨਾਂ ਨੂੰ ਮੁੱਖ ਰੱਖਦਿਆਂ ਪਾਣੀ ਨੂੰ ਮੁੱਖ ਰੱਖਦਿਆਂ ਹੋਇਆਂ ਅਤੇ ਆਕਸੀਜਨ ਦੀ ਕਮੀ ਨੂੰ ਦੂਰ ਕਰਨ ਦੇ ਲਈ ਆਪਾਂ ਨੂੰ ਹਰ ਇੱਕ ਪਿੰਡ ਦੇ ਵਿੱਚ ਘੱਟੋ ਘੱਟ 500-1000 ਬੂਟਾ ਜ਼ਰੂਰ ਲਾਓ ਆਪਣੇ ਚਾਰੇ ਪਾਸੇ ਸੜਕਾਂ ਦੇ ਉੱਤੇ, ਚਾਹੇ 2-2 ਪਿੰਡਾਂ ਦੇ ਰਲ ਕੇ ਲਾ ਲਓ, ਚਾਹੇ ਇਕੱਲੇ ਇਕੱਲੇ ਪਿੰਡ ਦੇ ਰਲ ਕੇ ਲਾ ਲਓ, ਚਾਹੇ ਚਾਹੇ ਜਿਵੇਂ ਮੰਨ ਲਓ ਹੁਣ ਜਿਵੇਂ ਸਾਡਾ ਗੁਰੂਸਰ ਅਤੇ ਕੌਂਕੇ ਪਿੰਡ ਕੀ ਸਾਡਾ ਜੱਦੀ ਪਿੰਡ ਆ ਕੌਂਕੇ ਕਲਾਂ, ਅਸੀਂ ਰਲ ਕੇ ਲਾ ਰਹੇ ਹਾਂ ਮੁੰਡੇ ਨਾਲ ਆਪਣੇ ਕੌਂਕੇ ਕਲਾਂ ਦੇ ਵੀ ਨਾਲ ਮੌਜੂਦ ਆ ਅਤੇ ਅਸੀਂ 500 ਬੂਟਾ ਤਕਰੀਬਨ ਤਕਰੀਬਨ ਅੱਜ ਅਸੀਂ ਲੈ ਕੇ ਚੱਲੇ ਹਾਂ, ਬਾਬਾ ਮਿਹਰ ਕਰੇ ਅਤੇ ਕੱਲ੍ਹ ਨੂੰ ਲਾਉਣੇ ਸ਼ੁਰੂ ਕਰ ਦਾਂਗੇ। ਟਰਾਲੀ 'ਚ ਲਾਦ ਰਿਹਾ ਜੀ ਆਪਾਂ ਬੂਟੇ ਅਤੇ ਬਾਕੀ ਆਪਾਂ ਫੀਲ ਅਤੇ ਡੇਕਾ ਵਗੈਰਾ ਤਾਂ ਵੱਧ ਮਿਲ ਜਾਂਦੀਆਂ ਨੇ, ਪਰ ਜਿਵੇਂ ਫਲਦਾਰ ਬੂਟੇ ਆ ਉਹ 10-10 ਕੁ ਮਸਾਂ ਹੀ ਮਿਲ ਰਹੇ ਜੀ, ਉਹਦੇ ਕਰਕੇ ਥੋੜ੍ਹੀ ਪ੍ਰੋਬਲਮ ਆ ਰਹੀ ਆ ਹਾਲੇ, ਕਿਉਂਕਿ ਇਹਨਾਂ ਨੇ 81 ਪਿੰਡਾਂ ਨੂੰ ਦੇਣੇ ਆ ਜਿਹੜੀ ਆਪਣੀ ਇੱਥੇ ਅਲੀਗੜ੍ਹ ਜਿਹੜੀ ਨਰਸਰੀ ਆ ਸਰਕਾਰੀ
ਜਿਹੜੇ ਜੰਮੇ ਪੱਕੇ ਕੀਤੇ ਆ ਵੀ 81-82 ਪਿੰਡਾਂ ਨੂੰ ਵਿੱਚ ਬੰਦੇ ਨੇ ਦੱਸਿਆ ਆਪਾਂ ਨੂੰ ਵੀ 81-82 ਪਿੰਡਾਂ ਨੂੰ ਮਿਲਦੇ ਆ ਵੀ 10-10-12-12 ਬੂਟੇ ਮਿਲ ਰਹੇ ਆ ਫਲਦਾਰ ਅਤੇ ਬਾਕੀ ਨਿੰਮਾਂ ਵਗੈਰਾ ਜ਼ਿਆਦਾ ਮਿਲ ਜਾਂਦੀਆਂ ਨੇ। ਆਪਾਂ ਬੂਟੇ ਲਿਆਉਂਦੇ ਸੀ ਕੱਲ੍ਹ ਆਪਾਂ ਅਲੀਗੜ੍ਹ ਵਾਲੀ ਜਿਹੜੀ ਨਰਸਰੀ ਆ ਸਰਕਾਰੀ ਨਰਸਰੀ ਨੂੰ ਆਪਾਂ ਕਹਿ ਦਿੰਦੇ ਆ ਜਿੱਥੋਂ ਆਪਾਂ ਲਿਆਉਂਦੇ ਆ ਬੂਟੇ ਅਤੇ ਅੱਜ ਆਪਾਂ ਲਾਉਣੇ ਸ਼ੁਰੂ ਕਰਤੇ ਆ। ਪਹਿਲਾਂ ਦੂਜਾ ਬੂਟਾ ਯਾਨੀ ਕਿ ਵੀ ਟੋਏ ਪੱਟਣੇ ਸ਼ੁਰੂ ਕਰਤੇ, ਦੂਜਾ ਤੀਜਾ ਬੂਟਾ ਲੱਗਣ ਲੱਗ ਰਿਹਾ ਮੁੰਡਾ ਲਾ ਰਿਹਾ। ਅਤੇ ਸ਼ੁਰੂ ਵਾਰ ਆਪਾਂ ਗੁਰਦੁਆਰਾ ਸਾਹਿਬ ਕੋਲੋਂ ਕੀਤੀ ਆਪਾਂ ਅਸੀਂ 6ਵੀਂ ਗੁਰੂ ਸਰ ਕੌਂਕੇ ਚਲੋ ਆਪਾਂ ਪਤਾ ਹੀ ਆ ਵੀ ਆਕਸੀਜਨ ਦੀ ਕਮੀ ਅਤੇ ਪਾਣੀ ਦੀ ਕਮੀ ਬਹੁਤ ਆ, ਹੈ ਨਾ ਵੀ ਵੱਧ ਤੋਂ ਵੱਧ ਦਰੱਖਤ ਲਾਵਾਂਗੇ ਤਾਂ ਹੀ ਆਕਸੀਜਨ ਦੀ ਕਮੀ ਆ ਜਿਹੜੀ ਉਹ ਦੂਰ ਹੋਊਗੀ ਅਤੇ ਬਰਸਾਤਾਂ ਦੇ ਚਾਂਸ ਵੱਧ ਆ ਜ਼ਿਆਦਾ ਮੀਂਹ ਪੈਣ ਦੇ, ਜਾਣੀ ਹੈ ਨਾ ਜਿੰਨੇ ਵੱਧ ਤੋਂ ਵੱਧ ਦਰੱਖਤ ਹੋਣਗੇ ਫਾਇਦਾ ਹੀ ਆ। ਜਿਵੇਂ ਹੁਣ ਆਪਾਂ ਮੱਕੀ ਲਾ ਦਿੰਦੇ ਹਾਂ, ਝੋਨਾ ਲਾ ਦਿੰਦੇ ਹਾਂ ਨਾ 44, ਜਿਵੇਂ ਹੁਣ ਪਤਾ ਹੀ ਆ ਵੀ ਝੋਨਾ ਚਲੋ ਪਾਣੀ ਜ਼ਿਆਦਾ ਮੰਗਦਾ ਵਾ, ਚਲੋ ਹੋਰ ਚੀਜ਼ਾਂ ਕਰਕੇ ਵੀ ਪਾਣੀ ਥੱਲੇ ਲੈਵਲ ਥੱਲੇ ਚਲਾ ਜਾਂਦਾ ਧਰਤੀ ਦਾ ਅਤੇ ਝੋਨੇ ਕਰਕੇ ਵੀ ਜਾਂਦਾ ਮੱਕੀ ਕਰਕੇ ਵੀ ਜਾਂਦਾ ਦਾ, ਉਹਨੂੰ ਮੁੱਖ ਰੱਖਦੇ ਹਾਂ ਜਿਵੇਂ ਪਾਣੀ ਦੀ ਸਮੱਸਿਆ ਨੂੰ, ਕਿਉਂਕਿ ਵੱਧ ਤੋਂ ਵੱਧ ਦਰੱਖਤ ਲਾਓ ਫਿਰ ਪਾਣੀ ਦੀ ਕਮੀ ਨਹੀਂ ਆਊ, ਫਿਰ ਜਿੰਨਾ ਮਰਜ਼ੀ ਝੋਨਾ ਲਾਓ ਅਤੇ ਜਿੰਨਾ ਮਰਜ਼ੀ ਮੱਕੀ ਲਾਓ, ਹੈ ਨਾ ਫਿਰ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਊਗੀ ਇਹਦੇ ਵਿੱਚ, ਹੈ ਨਾ ਮੱਕੀ ਲਾਉਣ ਦੇ ਵਿੱਚ 44 ਝੋਨਾ ਲਾਉਣ ਦੇ ਵਿੱਚ, ਹੈ ਨਾ ਫਿਰ ਇਹ 'ਚ ਕੋਈ ਸਮੱਸਿਆ ਨਹੀਂ ਆਊਗੀ, ਹੈ ਨਾ। 350 ਬੂਟਾ ਤਕਰੀਬਨ ਮਿਲਿਆ ਸੀ ਉੱਥੋਂ ਕੱਲ੍ਹ, ਅਸੀਂ 500 ਮੰਗਿਆ ਸੀਗਾ ਅਤੇ ਫਲਦਾਰ ਬੂਟੇ ਜਾਣੀ ਕਿ ਵੀ ਮੁੱਕ ਚੱਲਦੇ ਸੀ ਉੱਥੇ ਸਮਾਪਤੀ ਹੋ ਚੱਲੀ, ਫਿਰ ਬਾਅਦ 'ਚ ਫਿਰ 10-10 ਦੇਣ ਲੱਗ ਗਏ ਸੀ ਕਿਉਂਕਿ ਸਾਡੇ ਇੱਥੇ 81 ਪਿੰਡ ਪੈਂਦੇ ਸੀ ਗ੍ਰਾਮ ਹਲਕੇ ਅਤੇ 81-83 ਅਤੇ ਉਹਦੇ ਕਰਕੇ ਫਿਰ ਉਹ ਬੂਟਿਆਂ ਨੇ ਆਪਾਂ ਜ਼ਿਆਦਾਤਰ ਨਿੰਮਾਂ ਅਤੇ ਪਕੈਣਾ ਵਗੈਰਾ ਜ਼ਿਆਦਾ ਮਿਲੀਆਂ ਨੇ। ਨਿੰਮਾਂ ਦਾ ਅਸੀਂ ਸਾਰੇ 200 ਦੇ ਆਸ ਪਾਸ ਲਿਆਏ ਸੀ, ਬਾਕੀ ਬੂਟਾ ਕੋਈ 10 ਆ, ਕੋਈ 20-20 ਪੀਸ ਦਿੱਤੇ, ਕੋਈ ਅਮਰੂਦ ਇੱਦਾਂ ਪੀਸ ਦਿੱਤੇ, ਹੈ ਨਾ ਆਇਆ ਵੀ ਆਹ ਲਾ ਕੇ ਬਾਕੀ ਫਿਰ ਉਦੋਂ ਬਾਅਦ ਫਿਰ ਦੁਬਾਰਾ ਫੇਰ ਲਾਵਾਂਗੇ, ਹੈ ਨਾ ਬਾਕੀ ਉੱਥੋਂ ਹੋਰ ਲੈ ਲਾਂਗੇ। ਆਹ 350 ਲਾਵਾਂਗੇ ਕੁਛ ਵਿੱਚ 50-60 ਬੂਟੇ ਦਾ, ਜਾਣੀ ਕਿ ਪਿੰਡ ਦੇ ਵੀਰ ਭਰਾ ਲੈ ਗਏ ਲਾਉਣ ਨੂੰ, ਬਾਅਦ ਮੋਟਰਾਂ 'ਤੇ ਲਾਉਣ ਨੂੰ ਲੈ ਗਏ, ਜ਼ਿਆਦਾ ਗੇਟਾਂ ਦੇ ਕੋਲ ਨੂੰ ਲਾਓ, ਜਾਣੀ ਘਰਾਂ ਦੇ ਵਿੱਚ ਨੂੰ ਬਾਗੜਿਆਂ 'ਚ ਲਾਉਣ ਨੂੰ ਲੈ ਗਏ ਅਤੇ 300 ਰਹਿ ਗਿਆ ਅਤੇ ਬਾਕੀ ਇਹ 300 ਲਾਉਣ ਤੋਂ ਬਾਅਦ ਵਿੱਚ ਉੱਥੋਂ 500-700 ਬੂਟਾ ਜੇ ਹੋਰ ਮਿਲਦਾ ਹੈ ਫਲਦਾਰ ਜਾਂ ਕਿਤੋਂ ਹੋਰ ਮਿਲਦੇ ਹੋਏ ਤਾਂ ਜ਼ਰੂਰ ਦੱਸਿਓ। ਇੱਕ ਸਾਨੂੰ ਇਹ ਜ਼ਰੂਰ ਦੱਸਿਓ ਵੀ ਜਿਹੜਾ ਆਹ ਜਿਹੜੇ ਆਪਾਂ ਟਰੈਕਟਰ ਨਾਲ ਜਿਹੜੇ ਟੋਏ ਕੱਢਦੇ ਜਿਹੜੀ ਆਪਾਂ ਉਹਨਾਂ ਪੀਡੀਓ ਨਾਲ ਜਿਹੜੀ ਉਹ ਚੱਲਦੀ ਜਿਹੜੀ ਉਹ ਟੋਏ ਕੱਢਣ ਵਾਲੀ ਹੁੰਦੀ ਜਿਹੜੀ ਮਸ਼ੀਨ ਜੀ, ਜੇ ਆਪਣੇ ਕਿਸੇ ਇਲਾਕੇ 'ਚ ਹੈਗੀ ਆ ਤਾਂ ਜੇ ਕੋਈ ਬੰਦਾ ਦੇ ਸਕਦਾ ਵਾ ਸਾਨੂੰ 1-2 ਦਿਨਾਂ ਵਾਸਤੇ ਤਾਂ ਸਾਡੇ ਨਾਲ ਵੀਰੇ ਕੰਟੈਕਟ ਕਰ ਲਵੇ, 98-4747-0-41 ਦੇ ਉੱਤੇ ਵੀਰੇ ਕੰਟੈਕਟ ਕਰ ਲਵੇ। ਵੀ ਦਰੱਖਤਾਂ ਦੇ ਨਾਲ ਰਸਤਾ ਭਰਿਆ ਹਰਿਆ ਭਰਿਆ ਕਿੰਨਾ ਸੋਹਣਾ ਲੱਗਦਾ, ਦੋਨੀ ਸਾਡੇ ਦਰੱਖਤ ਲੱਗੇ ਹੋਏ ਨੇ, ਕੁਛ ਕੁ ਵਿੱਚ ਥਾਂ ਦੇ ਉੱਤੇ ਹੈ ਨਹੀਂ ਸੀਗੇ ਅਤੇ ਉਹਦੇ ਕਰਕੇ ਵਿੱਚ ਵਿਚਾਲੇ ਅਸੀਂ ਆਹ ਕਾਫੀ ਥਾਵਾਂ 'ਤੇ ਲੱਗੇ ਆ। ਆਹ ਇਹਨਾਂ ਨੂੰ ਹਰੇਕ ਸਾਲ ਛਾਂਗ ਦੀ ਦਾ ਵਾ, ਆਹ ਗਾਂਹ ਵਾਲੇ ਮਹੀਨੇ ਵਿੱਚ ਛਾਂਗ ਦਿੰਦੇ, 8ਵੇਂ ਮਹੀਨੇ ਦੇ ਵਿੱਚ ਛਾਂਗ ਦੀਦੇ ਆ, ਯਾਨੀ ਕਿ ਅਗਸਤ ਮਹੀਨੇ ਦੇ ਸਟਾਰਟਿੰਗ ਦੇ ਵਿੱਚ ਲੱਗ ਗਏ ਜਿਹਦਾ ਛਾਂਗਣ ਅਤੇ ਉਹਦੇ ਕਰਕੇ ਸਾਰੇ ਦਰੱਖਤ ਫਿਰ ਛਾਂਗ ਦੀਦੇ ਆ। ਅਤੇ ਇੱਕ ਤਾਂ ਛਾਂਗਣ ਦਾ ਦਰੱਖਤ ਸੜਕ ਦੇ ਉੱਤੇ ਘੱਟ ਆਉਂਦਾ, ਨਹੀਂ ਤਾਂ ਸੜਕਾਂ ਦੇ ਉੱਤੇ ਡਬਲ ਕਰੋਸਿੰਗ ਜਿਵੇਂ ਗੱਡੀਆਂ ਨਹੀਂ ਹੁੰਦੀਆਂ ਫਿਰ ਥੋੜ੍ਹੀ ਕਰਨੀ ਔਖੀ ਆ, ਜਿਵੇਂ ਹੁਣ ਆਹ ਦਰੱਖਤ ਇੱਥੋਂ ਇਹ ਨਾ ਇਹਨੂੰ ਹੋਰ ਛਾਂਗ ਗਿਆ ਮਹੀਨਾ ਡੇਢ ਮਹੀਨਾ ਤਾਂ ਮੰਨ ਲਓ ਇਹਨੇ ਸੜਕ ਦੇ ਉੱਤੇ ਦੇਖੋ ਕਿੰਨਾ ਹੁਣ ਵੀ ਆਉਂਦਾ ਫਿਰ ਗਾਂਹ ਦੀ ਆਹ ਫਿਰ ਆਉਣੇ ਜ਼ਿਆਦਾ ਆਉਣ ਲੱਗ ਜਾਣਾ, ਉਹਦੇ ਕਰਕੇ ਫਿਰ ਵੀ ਆਪਾਂ ਨੂੰ ਇਹ ਛਾਂਗਣੇ ਪੈਂਦੇ ਨੇ। ਇੱਕ ਬਾਕੀ ਐਂ ਵੀ ਸਾਡੇ ਇੱਥੇ ਆਪਣੇ ਜਗਰਾਮਾ ਹਲਕੇ ਦੇ ਬਾਰੇ ਤੁਹਾਨੂੰ ਪਤਾ ਹੀ ਆ ਸਾਰਿਆਂ ਨੇ ਵੀ ਨਾਨਸਰ ਸਾਹਿਬ ਬਾਬਾ ਨੰਦ ਸਿੰਘ ਜੀ ਦੇ ਈਸ਼ਵਰ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਆ, ਪੂਰਾ ਮਸ਼ਹੂਰ ਆ ਪਾਸ਼ਾਹੀ 6ਵੀਂ ਅਤੇ ਜਿੱਥੇ ਵਿਸਾਖੀ ਲੱਗਦੀ ਆ ਅਤੇ ਮੱਸਿਆ ਹਰ ਸਾਲ ਹਰ ਮਹੀਨੇ ਲੱਗਦੀ ਆ ਨਾ, ਉਹਦੇ ਕਰਕੇ ਇੱਥੇ ਆਵਾਜਾਈ ਸੰਗਤਾਂ ਜ਼ਿਆਦਾ ਰਹਿੰਦੀਆਂ ਰੋਡਾਂ ਦੇ ਉੱਤੇ, ਆਹ ਰੋਡ ਦੇ ਉੱਤੇ ਇੱਕ ਪਰੇ ਜਿਹੜਾ ਸਿੱਧਾ ਜੀ ਡੀ ਰੋਡ ਸਿੱਧਾ ਨਾਨਸਰ ਸਾਹਿਬ ਆਉਂਦਾ, ਹੈ ਨਾ ਉਹਦੇ ਕਰਕੇ ਆਵਾਜਾਈ ਜ਼ਿਆਦਾ ਰਹਿੰਦੀ ਆ, ਫਿਰ ਉਹਦੇ ਕਰਕੇ ਆਪਾਂ ਨੂੰ ਇਸੇ
ਦਰੱਖਤਾਂ ਦੀ ਜਿਹੜੀ ਕਟਾਈ ਵਗੈਰਾ ਜਿਹੜੇ ਛਾਂਗਦੇ ਆ ਜਿਹੜੀ ਉਹ ਆਪਾਂ ਛਾਂਗਣੀ ਜ਼ਰੂਰੀ ਹੋ ਜਾਂਦੀ ਆ ਇਸ ਕਰਕੇ ਨਾ, ਅਤੇ ਹੋਰਾਂ ਪਿੰਡਾਂ ਦੇ ਵਿੱਚ ਵੀ ਛਾਂਗਿਆ ਕਰੋ ਜ਼ਰੂਰ, ਜੋ ਆਪਾਂ ਬੂਟੇ ਲਾਉਂਦੇ ਵੀ ਆ ਤਾਂ ਛਾਂਗਿਆ ਵੀ ਕਰੋ। ਇੱਕ ਇਹ ਹੋਰ ਵੀ ਆ ਵੀ ਬਾਬਾ ਆਨੰਦ ਸਿੰਘ ਜੀ ਦੀ ਬਰਸੀ ਹੁੰਦੀ ਆ 8ਵੇਂ ਮਹੀਨੇ ਦੀ 24 ਤਰੀਕ ਤੋਂ ਪਾਠ ਪ੍ਰਕਾਸ਼ ਹੋ ਜਾਂਦੇ ਆ, ਅਤੇ ਫਿਰ ਜਾਂ 28 ਜਾਂ 29 ਤਰੀਕ ਤੱਕ ਚੱਲਦੀ ਆ। ਜੇ 24 ਨੂੰ ਪ੍ਰਕਾਸ਼ ਪਾਠ ਪ੍ਰਕਾਸ਼ ਹੁੰਦੇ ਆ ਤਾਂ ਫਿਰ 24 ਨੂੰ ਪ੍ਰਕਾਸ਼ ਹੋ ਕੇ 26 ਨੂੰ ਭੋਗ ਪੈਣੇ ਆ, ਫਿਰ 26 ਵਾਲਿਆਂ ਨੂੰ ਪ੍ਰਕਾਸ਼ ਹੋ ਕੇ 28 ਨੂੰ ਭੋਗ ਪੈਣੇ ਹੁੰਦੇ ਆ, ਇੱਦਾਂ ਹੁੰਦਾ ਵਾ। ਅਤੇ ਜਾਣ ਕੇ 24 ਤੋਂ ਲੈ ਕੇ 28 ਤਰੀਕ ਤੱਕ ਮੇਰੇ ਬਰਸੀ ਚੱਲਦੀ ਆ ਬਾਬਾ ਆਨੰਦ ਸਿੰਘ ਜੀ ਦੀ, ਅਤੇ ਲੱਖਾਂ ਸ਼ਰਧਾਲੂ ਇੱਥੇ ਪਹੁੰਚਦੇ ਆ, ਅਤੇ ਉਹਦੇ ਕਰਕੇ ਫਿਰ ਉਹਦੇ ਕਰਕੇ ਵੀ ਇੱਕ ਕਟਾਈ ਜਾਣੀ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਆ। ਅਤੇ ਕਈ ਵੀਰ ਤਾਂ ਜਿਹੜੇ ਵੀਡੀਓ ਦੇਖਦੇ ਆ ਉੱਥੇ ਜਾਣੀ ਕਿ ਵੀ ਸੰਗਤ ਇੱਥੇ ਪਹੁੰਚਦੀ ਵੀ ਹੋਊਗੀ, ਉਹਨਾਂ ਨੂੰ ਪਤਾ ਹੋਊਗਾ ਨਾ ਜਿਵੇਂ ਹਾਂ ਦਰੱਖਤ ਜ਼ਿਆਦਾ ਦੇਖੋ ਕਿੰਨਾ ਵਾਹਵਾ ਜ਼ਿਆਦਾ ਹੋਇਆ ਪਿਆ ਉਹਨਾਂ 'ਚ। ਅਤੇ ਜਦੋਂ ਇਹ ਸੰਗਤ ਆ ਜਦੋਂ ਇੱਕ ਤਾਂ ਇਹ ਤਾਹੂੰ ਚੜਿਆ ਜਾਊਗਾ, ਅਤੇ ਇੱਕ ਉੱਦਾਂ ਵੀ ਰਸਤਾ ਵੀ ਖੋਲ੍ਹ ਜੂ ਅਤੇ ਸੋਹਣਾ ਵੀ ਲੱਗੂਗਾ ਨਾਲ ਦੀ ਨਾਲ। ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਨੌਜਵਾਨ ਨੂੰ ਇਕੱਠਿਆਂ ਲਾਉਣਾ ਚਾਹੀਦਾ। ਗਰਮੀ ਮੰਨ ਕੇ ਘਰੇ ਬਹਿ ਜਾਂਗੇ ਵੀ ਹਾਂ ਗਰਮੀ ਆ ਛੱਡੋ ਕੀ ਲਾਉਣੇ ਆ, ਫਿਰ ਬਈ ਅਗਲੇ ਸਾਲ ਤੂੰ ਵੱਧ ਗਰਮੀ ਹੋਊਗੀ, ਉਹ ਤਾਂ ਆਪਾਂ ਅੰਦਰ ਬਹਿਣ ਵਾਲਾ ਕੰਮ ਆ। ਜੇ ਹੁਣ ਲਾਵਾਂਗੇ ਗਾਂ ਨੂੰ ਘਟੂ ਗਰਮੀ, ਗਾਂ ਨੂੰ ਟੱਪਰੇ 40-38 ਰਹਿ ਜੂਗਾ, ਉਹਦਾ ਆਪਣਾ ਫਾਇਦਾ ਬਈ। ਪਰ ਆਪਾਂ ਉਹਦਾ ਸੋਚਦੇ ਨੀ ਕਿ ਹਾਂ ਸਭ ਦੇ ਘਰੇ ਏਸੀ ਲੱਗਿਆ ਸਾਰੇ ਪੈਂਦੇ ਆ, ਪਰ ਬਈ ਏਸੀ ਨਿਕਲ ਕੇ ਬਾਹਰ ਵੀ ਦੇਖਣਾ ਚਾਹੀਦਾ ਨਾ। ਪੰਛੀ ਆ ਜਾਨਵਰ ਆ ਸਾਰੇ, ਉਹਨਾਂ ਨੇ ਵੀ ਜਾਣਾ ਯਾਰ, ਉਹਨਾਂ ਨੇ ਵੀ ਦੇਖੋ ਨਾ। ਆਪਾਂ ਆਪਦਾ ਫਾਇਦਾ ਦੇਖ ਕੇ ਦੂਜੇ ਨਾਲ ਨੁਕਸਾਨ ਕਰਨਾ, ਹੁਣ ਕੀ ਆ 4 ਘੰਟੇ ਲੱਗੇ, 2 ਦਿਨ ਲੱਗ ਜਾਣਗੇ, 10 ਦਿਨ ਲੱਗ ਜਾਣਗੇ। ਜੇ ਆਪਾਂ 500-700 ਬੂਟਾ ਲਾਵਾਂਗੇ, 500-700 ਤੋਂ ਚਾਹੇ 300 ਤੁਰ ਪਏ, ਆਪਣਾ ਮਿਹਨਤ ਕੀਤੀ ਰਾਸਤਾ ਹੋਊਗੀ ਨਾ, ਵਾਤਾਵਰਨ ਨੂੰ ਫਰਕ ਤਾਂ ਪਊਗਾ ਨਾ। ਸਾਰੇ ਪਿੰਡੀ ਲਾ ਰਹੇ ਆ, ਆਪਾਂ ਇਕੱਲੇ ਨੀ ਲਾ ਰਹੇ, ਪਰ ਕਿਤੇ ਨਾ ਕਿਤੇ ਫਿਰ ਵੀ ਰੱਬ ਜਾਣੇ ਕਾਹ ਤੋਂ ਆਪਾਂ ਕਹਿ ਦਿੰਦੇ ਨਾ ਵੀ ਖੂਨ ਦਾਨ ਕਰਨਾ ਜਾਨ ਜਾਨ ਬਚਦੀ ਆ ਨਾ, ਉਹ ਵੀ ਸੇਵਾ ਬਹੁਤ ਵੱਡੀ ਆ। ਉਹ ਇੱਕ ਲੈਵਲ ਵਾਲੀ ਆਪਣੀ ਸੇਵਾ ਆਪਾਂ ਸੇਵਾ ਕਹਿ ਸਕਦੇ ਆ, ਤੇ ਕਹਿੰਦੇ ਦਰਖਤ ਲਾ ਕੇ ਆਕਸੀਜਨ ਵੀ ਵਧਾਉਣੀ ਆ ਤੇ ਪਾਣੀ ਵੀ ਬਚਾਉਣਾ, ਇਹ ਵੀ ਬਹੁਤ ਵੱਡੀ ਜ਼ਿਆਦਾ ਜ਼ਿਆਦਾ ਸੇਵਾ ਦੇ ਦਾਂਗੇ। ਖੂਨ ਦੀ ਇੱਕ ਬੋਤਲ ਇੱਕ ਬੰਦੇ ਨੂੰ ਦੇ ਦੀ, ਪਰ ਜੇ ਆਪਾਂ ਇੱਕ ਦਰਖਤ ਲਾਇਆ 10 ਬੰਦੇ ਵਧੇ, 10 ਬੰਦਿਆਂ ਨਾਲ ਜਾਣੀ ਕਿ ਉਹਨੂੰ ਬੰਦੇ ਨੂੰ ਸਾਹ ਮਿਲਣਾ 10-15 ਵੀ ਬਾਈ 10 ਗੁਣਾ, ਸਭ ਤੋਂ ਵੱਧ ਆਕਸੀਜਨ ਨਿੰਮ ਵਗੈਰਾ ਦੇ ਵਿੱਚ ਜ਼ਿਆਦਾ। ਅੱਜ ਤੋਂ ਸਟਾਰਟਿੰਗ ਕੀਤੀ ਆ, ਸਾਡੇ ਕੋਲ 500 ਬੂਟਾ ਆ ਗਿਆ, 500-700 ਹੋਰ ਆਉਣਾ, ਫਿਰ ਰੌਲਾ ਕੀ ਆ, ਅਸੀਂ ਅੱਜ 100 ਬੂਟਾ ਲੈ ਕੇ ਆਏ ਆ, ਵਿੱਚੋਂ 20 ਦੀ ਲਾ ਕੇ ਤੇ ਬਾਕੀ ਲਾਈ ਜਾਂਦੇ ਆ। ਸ਼ੁਰੂਆਤ ਕੀਤੀ ਆ, ਕੋਈ ਨਾ ਆਊਗਾ ਤਾਂ ਵੀ ਠੀਕ ਆ, ਆ ਗਿਆ ਤਾਂ ਵੀ ਠੀਕ ਆ, ਅਸੀਂ ਆਪਦੀ ਸੇਵਾ ਕਰੀ ਜਾਂਦੇ ਆ। ਇੱਕ ਸਾਨੂੰ ਥੋੜੀ ਪ੍ਰੋਬਲਮ ਆਈ ਆ ਵੀ ਸਾਨੂੰ ਹੱਥ ਵਾਲੇ ਨਾਲ ਹੀ ਟੋਏ ਕੱਢਣੇ ਪੈ ਰਹੇ ਆ, ਸਾਨੂੰ ਆਹ ਮਿਲੀ ਹੋਈ ਆ। ਸੇਵਾਦਾਰ ਚੰਗੇ ਆ, ਕਹਿੰਦੇ ਕੋਈ ਨਾ ਹੱਥ ਵਾਲੇ ਕੱਢ ਦਾਂਗੇ, ਤੇਰੋ ਸੇਵਾ ਹੀ ਕਰਦੀ ਆ ਤਾਂ। ਸਾਨੂੰ ਟਰੈਕਟਰ ਵਾਲੀ ਮਿਲੀ ਨਹੀਂ, ਉਹਦੇ ਕਰਕੇ ਸਾਨੂੰ ਥੋੜੀ ਜਿਹੀ ਸਮੱਸਿਆ ਆ ਗਈ। ਰੌਲਾ ਇਹ ਕਰਦਾ, ਅਸੀਂ ਤਾਂ ਆਪਦਾ ਬਾਬੇ ਦੀ ਕਿਰਪਾ ਨਾਲ ਸਾਨੂੰ ਬਾਬੇ ਨੇ ਤੰਦਰੁਸਤੀ ਬਖਸ਼ੀ ਆ, ਅਸੀਂ ਆਪਦੀ ਮਿਹਨਤ ਕਰੀ ਜਾਂਦੇ ਆ, ਸੇਵਾ ਕਰੀ ਜਾਂਦੇ ਆ, ਸਾਰਾ ਕੁਛ ਹੋ ਜੂਗਾ। ਅੱਜ ਨਹੀਂ ਕੱਲ ਨੂੰ ਨਹੀਂ 10-15 ਨੂੰ 20 ਨੂੰ ਬੂਟੇ ਲੱਗ ਜਾਣਗੇ, 5-7 ਦਿਨਾਂ ਤੱਕ ਬੂਟੇ ਜਿਹੜੇ ਲੱਗ ਜਾਣਗੇ। ਅਸੀਂ 500 ਬੂਟਾ ਆਪਾਂ ਲਿਆਂਦਾ ਸੀ ਉਹ ਨਾ ਕੱਲ 500 ਲਿਆਂਦਾ, ਇਹਨੂੰ ਲਾ ਕੇ ਉਦੋਂ ਬਾਅਦ 500-700 ਬੂਟਾ ਆਪਾਂ ਹੋਰ ਵੀ ਲਾਵਾਂਗੇ। ਆਪਾਂ ਇਹ ਸਿੱਧਾ ਗੁਰੂਸਾਰ ਵਾਲੀ ਸੜਕ ਤੋਂ ਲੈ ਕੇ ਸਿੱਧਾ ਕੌਂਗਿਆ ਤੱਕ ਇੱਧਰੋਂ ਅਸੀਂ ਨਾ ਲੱਗੇ ਬੰਦੇ ਨਹੀਂ ਬਚਣੇ, ਹਾਂ, ਤੇ ਪਾਣੀ ਵੀ ਨਹੀਂ ਬਚਣਾ। ਸਾਨੂੰ ਤਾਂ ਬਈ ਇਹਦਾ ਕੋਈ ਫਾਇਦਾ ਨਹੀਂਗਾ,
ਵੀ ਹਾਂ ਅਸੀਂ ਆਪਦੇ ਫਾਇਦੇ ਨੂੰ ਲੈ ਰਹੇ ਹਾਂ, ਫਾਇਦਾ ਸਭ ਨੀ ਫਾਇਦਾ, ਅਸੀਂ ਤਾਂ ਦਰਖਤ ਨਾ ਲਾਉਣ ਦਾ ਲਾਉਣ ਦਾ ਕਾਰਜ ਨੀ ਕਹਿੰਦੇ ਵੀ ਹਾਂ ਸਾਡੇ ਨਾਲ ਆਗੇ ਹਜ਼ਾਰ ਬੂਟਾ ਲਾਓ ਬਈ, ਆਪਦੇ ਘਰਾਂ ਦੁਆਲੇ ਆਪਦੀ ਜਿਹੜੀ ਸੜਕ ਨੇੜੇ ਤੇੜੇ ਆ ਦਸ ਦਸ ਬੂਟੇ, ਅੱਠ ਅੱਠ ਬੂਟੇ ਹਰੇਕ ਬੰਦਾ ਲਾਵੇ, ਇੰਨੇ ਨਾਲ ਦੇਖੋ ਹਰੇਕ ਬੰਦਾ ਆਪਣੇ ਪਿੰਡ ਦੇ ਹਜ਼ਾਰ ਬਾਰਾਂ ਬਾਰਾਂ ਸੌ ਬੂਟ ਹਰੇਕ ਪਿੰਡ ਦੇ ਵਿੱਚ ਹੁੰਦੀ ਹੈ, ਤੇ ਦਸ ਦਸ ਬੂਟੇ ਵੀ ਲਾਏ ਤੇ ਕਿੱਥੇ ਕੀ ਗੱਲ, ਹਜ਼ਾਰ ਹਜ਼ਾਰ ਬੂਟਾ ਦਾ ਆਪਦਾ ਆਪਦਾ ਵੀ ਬਣ ਗਿਆ ਸੇਵਾ ਹੋਈ, ਜਿੰਨੇ ਲੱਗੇ ਅਸੀਂ ਲਾਵਾਂਗੇ, ਸੌ ਲੱਗ ਜੇ, ਪੰਜ ਸੌ ਲੱਗ ਜੇ, ਹਜ਼ਾਰ ਲੱਗ ਜੇ, ਅਸੀਂ ਲਾਵਾਂਗੇ, ਸਾਨੂੰ ਕੋਈ ਚੱਕਰ ਨੀ ਹੈਗਾ। ਇੱਕ ਹੋਰ ਵੀ ਆ, ਜਿਵੇਂ ਹੁਣ ਆਪਾਂ ਬੂਟੇ ਲਾ ਰਹੇ ਹਾਂ ਪਹਿਲਾਂ ਲੱਗੇ ਵੀ ਹੋਇਆ, ਇਹਨਾਂ ਨੂੰ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਇਹਨਾਂ ਦੀ ਕਟਾਈ ਹਰੇਕ ਸਾਲ ਹੋਇਆ ਵੀ ਕਰੂ, ਅੱਗੇ ਵੀ ਹੁੰਦੀ ਹੈ ਹਰੇਕ ਸਾਲ, ਅੱਠਵੇਂ ਮਹੀਨੇ ਦੇ ਵਿੱਚ ਯਾਨੀ ਕਟਾਈ ਕਰੀ ਦੀ ਆ, ਤੇ ਇਸ ਸਾਲ ਵੀ ਅਸੀਂ ਜ਼ਰੂਰ ਕਰਾਂਗੇ। ਬਾਕੀ ਇਹ ਆਉਂਦੇ ਆਉਂਦੇ ਸਾਲ ਨੂੰ ਆ ਵੀ ਨਾਲ ਬੂਟੇ ਤੁਰ ਪੈਣੇ ਆ, ਜਿਹੜੇ ਅੱਜ ਆਪਾਂ ਲਾ ਰਹੇ ਹਾਂ ਇਹ ਵੀ ਪੰਜ ਸੱਤ ਦਿਨਾਂ ਤੱਕ, ਆਸ਼ੂ ਦੇ ਕਹਿਣਾ ਕੋ ਪੰਜ ਸੱਤ ਦਿਨਾਂ ਜਿੱਦਾਂ ਦਸ ਦਿਨਾਂ ਬਾਅਦ ਤੋਂ ਲੱਗ ਜਾਣਗੇ, ਸਾਨੂੰ ਸਮੱਸਿਆ ਇੱਕ ਇਹ ਪੈ ਗਈ ਵੀ ਸਾਨੂੰ ਉਹ ਟੋਆ ਪੱਟਣਾ ਟਰੈਕਟਰ ਦੇ ਚੱਲਣ ਵਾਲੀ ਜਿਹੜੀ ਟਰੈਕਟਰ ਮਗਰ ਚੱਲਦੀ ਹੈ ਪੀੜੇ ਪਾ ਕੇ ਸਾਨੂੰ ਮਸ਼ੀਨ ਮਿਲੀ ਨਹੀਂ, ਅਤੇ ਬਾਕੀ ਐਂ ਤਾਂ ਹੀ ਅਸੀਂ ਹੱਥਾਂ ਨਾਲ ਕੱਢਣਾ ਸ਼ੁਰੂ ਕਰਤੇ ਟੋਇਆ ਸੀਗਾ, ਹੱਥਾਂ ਕੱਢੋ, ਅਸੀਂ ਹੁਣ ਲੱਗੇ ਹਾਂ ਅੱਧਾ ਘੰਟਾ ਹੋ ਗਿਆ ਸ਼ੁਰੂਆਤ ਕੀਤੀ ਨੂੰ। ਲਓ ਜੀ ਇੱਥੇ ਤੱਕ ਬੂਟੇ ਆ ਗਏ, ਇੱਥੋਂ ਗਾਂਹ ਤੱਕ ਉਹ ਕਾਫੀ ਦੂਰ ਤੱਕ ਆ ਗਿਆ, ਹੱਥ ਨਾਲ ਟੋਏ ਕੱਢ ਲੱਗੇ ਹਾਂ, ਦੂਜੇ ਨਾਲ ਜਿਹੜਾ ਹੱਥ ਵਾਲੀ ਜਿਹੜੀ ਬੋਕੀ ਹੁੰਦੀ ਉਹਨਾਂ ਕੱਢ ਲੱਗੇ ਹਾਂ, ਟਰੈਕਟਰ ਵਾਲੀ ਆਪਾਂ ਮਿਲੀ ਨਹੀਂ ਸੀ, ਜਿਹੜਾ ਆਪਾਂ ਜਿਹੜਾ ਜਿਹੜਾ ਪੀਟੀ ਨਾਲ ਚੱਲਦਾ ਜਿਹੜਾ ਉਹ ਟੋਏ ਕੱਢਣ ਨਾਲ ਗੁਰਦੁਆਰਾ ਸਾਹਿਬ ਦੇ ਕੋਲੋਂ ਆਪਾਂ ਸ਼ੁਰੂਆਤ ਕੀਤੀ ਸੀ, ਉਹ ਪਿਛਲੇ ਪਾਸੇ ਗੁਰਦੁਆਰਾ ਇੱਥੋਂ ਅੱਧਾ ਕਿਲੋਮੀਟਰ ਘੱਟੋ ਘੱਟ ਫਰਕ ਆ, ਅਤੇ ਜਾਣੀ ਕਿ ਸੌ ਕੁ ਬੂਟਾ ਲੱਗ ਗਿਆ, ਜਿਵੇਂ ਆਹ ਦੇ ਪੇ ਨਾਲ ਜਾਣਾ ਪਾਣੀ ਪਾਈ ਜਾਂਦੇ ਆ, ਬਾਲਟੀਆਂ ਵਗੈਰਾ ਕੋਲ ਰੱਖੀਆਂ ਹੋਈਆਂ, ਕਈਆਂ ਵਗੈਰਾ ਨਾਲ ਰੱਖੀਆਂ ਹੋਈਆਂ ਨੇ, ਜਿਵੇਂ ਇੱਧਰ ਸਾਈਡ ਜਮ੍ਹਾਂ ਨਾਲ ਨਾਲ ਜਾਣੀ ਕਿ ਅੱਠ ਦਸ ਦਸ ਕੁ ਫੁੱਟ ਦਾ ਫਰਕ ਰੱਖਿਆ ਹੋਇਆ ਵਾ, ਅਤੇ ਬਾਕੀ ਆਵਾਂ ਜਿਵੇਂ ਹੁਣ ਖੇਤਾਂ ਜਮ੍ਹਾਂ ਨਾਲ ਨਾਲ ਲੱਗੇ ਹੋਇਆ, ਆਪਾਂ ਟਰੈਕਟਰਾਂ ਦਾ ਲੰਘਣ ਜੋਗਾ ਥਾਂ ਵਿੱਚ ਨਹੀਂ ਛੱਡਿਆ ਹੋਇਆ, ਟਰੈਕਟਰ ਜਿੱਥੋਂ ਦੀ ਮਰਜ਼ੀ ਬੰਦਾ ਤਾਰ ਲਵੇ, ਜਿੱਥੋਂ ਦੀ ਮਰਜ਼ੀ ਬੰਦਾ ਟਰੈਕਟਰਾਂ ਦਾ ਤਾਰ ਲਵੇ, ਜਿਵੇਂ ਬੱਚੇ ਉੱਥੋਂ ਟਰੈਕਟਰਾਂ ਦਾ ਤਾਂ ਝੜਾ ਵੀ ਸਕਦਾ, ਇੰਨੇ ਨਾਲੇ ਫਰਕ ਵਿੱਚ ਰੱਖਿਆ, ਦਸ ਦਸ ਫੁੱਟ ਦਾ ਬਾਰਾਂ ਬਾਰਾਂ ਫੁੱਟ ਦਾ ਵਿੱਚ ਫਰਕ ਰੱਖਿਆ, ਕਈ ਥਾਵਾਂ 'ਤੇ ਵੱਧ ਵੀ ਛੱਡਤਾ ਕਿਉਂਕਿ ਵਿੱਚ ਮਸ਼ੀਨਾਂ ਲੰਘਣੀਆਂ ਨੇ, ਕੰਪਾਈਨਾਂ ਵਗੈਰਾ ਲੰਘਣੀਆਂ, ਕਿਉਂਕਿ ਕਟਰ ਮਸ਼ੀਨ ਦਾ 15 ਫੁੱਟ 16 ਫੁੱਟ ਕਟਰ ਹੁੰਦਾ ਵਾ, ਉਹ ਸਾਨੂੰ ਉਨਾ ਕੁ ਫਰਕ ਆਪਾਂ ਦੋਨੀ ਸਾਈਡ ਹੀ ਛੱਡਤਾ, ਵੀ ਮਸ਼ੀਨ ਵੀ ਬੰਦਾ ਬਿਹਤਰੀ ਨਿਕਾਲ ਸਕਦਾ, ਅਤੇ ਆਪਦੇ ਟਰੈਕਟਰ ਦਾ ਵੱਡਾ ਭਰਿਆ ਹੋਇਆ ਵੀ ਆਪਦਾ ਬਿਹਤਰੀ ਨਿਕਾਲ ਸਕਦਾ, ਇੰਨਾ ਜ਼ਿਆਦਾ ਵਿੱਚ ਫਰਕ ਫਰਕ ਦੇ ਹਿਸਾਬ ਨਾਲ ਵਿੱਚ ਕਈ ਥਾਵਾਂ ਦੇ ਉੱਤੇ ਆਪਾਂ ਲਾਤੇ ਡੇਕਾਂ ਨਿੰਮਾਂ ਪਕੈਣਾ, ਇਹ ਜਾਣੀ ਕਿ ਰੋਡਾਂ ਦੇ ਉੱਤੇ ਨੂੰ, ਅਤੇ ਬਾਕੀ ਹੋਰ ਜਿਹੜੇ ਫੁੱਲ ਬੂਟੇ ਆ ਜਿਵੇਂ ਅਮਰੂਦ ਹੋ ਗਿਆ ਜਾਂ ਹੋਰ ਅੰਬ ਵਗੈਰਾ, ਉਹ ਜਾਣੀ ਕਿ ਕੋਲੇ ਕੋਲੇ ਘਰਾਂ ਦੇ ਕੋਲ ਨੂੰ ਜਾਂ ਕਿ ਪਿੰਡ ਦੇ ਵਿੱਚ ਨੂੰ ਉਹ ਸਾਨੂੰ ਲਾਵਾਂਗੇ, ਬਾਕੀ ਟੋਏ ਵਗੈਰਾ ਨਾਲ ਜਾਂ ਨਿਕਲੀ ਜਾਂਦੇ ਆ, ਪਹਿਲਾਂ 4 ਕੁ ਜਾਣੇ ਸੀ ਹੁਣ 1-2 ਕੁ ਜਾਣੇ ਹੋਰ ਵੱਧ ਗਏ ਆ, ਜਾਣੀ ਕਿ ਮਾੜਾ ਮੋਟਾ ਗਰੁੱਪਾਂ ਗਰੁੱਪਾਂ ਜਦੋਂ ਬੋਲੇ ਹਾਂ ਉਹ ਥੋੜ੍ਹੇ ਉਹਦੇ ਥੋੜ੍ਹੇ ਵੱਧ ਗਏ, ਥੋੜ੍ਹਾ ਜਿਹਾ ਬੋਲਣਾ ਪੈਂਦਾ ਵਾ ਫਿਰ ਜਾਣੀ ਕਿ ਬੰਦੇ ਪਹੁੰਚਦੇ ਆ, ਥੋੜ੍ਹੇ ਧੱਕੇ ਜਿਹੇ ਨਾਲ ਹੀ ਸੱਦਣੇ ਪੈਂਦੇ ਬੰਦੇ, ਜਾਣੀ ਕਿ ਆ ਤਾਂ ਚੱਲ ਜਾਂਦੇ ਆ ਔਖੇ ਸੌਖੇ ਹੋ ਗਏ, ਇੱਕ ਵਾਰੀ ਸਾਰਿਆਂ ਨੂੰ ਬੇਨਤੀ ਆ ਵੀ ਜਿਨ੍ਹਾਂ ਦੇ ਖੇਤਾਂ ਦੇ ਮੱਥੇ ਇਹ ਲੱਗ ਰਹੇ ਆ ਬੂਟੇ, ਬਈ ਆਪਦੀ ਬਈ ਸਾਂਭ ਸੰਭਾਲ ਵੀ ਜ਼ਰੂਰ ਕਰਨ,
ਅੱਗ ਵਗੈਰਾ ਤੋਂ ਬਚਾ ਲਿਓ, ਅਤੇ ਟਰੈਕਟਰ ਟਰੂਟਰ ਟਰਾਲੀ ਵਿੱਚ ਵੱਜਣ ਤੋਂ, ਹਾਲ ਹੂਲ ਵਿੱਚ ਵੱਜਣ ਤੋਂ ਜ਼ਰੂਰ ਬਚਾਇਓ, ਅਤੇ ਕੋਸ਼ਿਸ਼ ਕਰਿਓ ਵੀ ਪਾਣੀ ਪੂਣੀ ਪਾਉਣ ਦੀ, ਬਈ ਜਿਵੇਂ ਹੁਣ ਝੋਨਾ, ਚਲੋ ਹੁਣ ਤਾਂ ਪਾਣੀ ਨਾਲ ਲੱਗਦਾ ਹੀ ਆ, ਬੰਦਾ ਇੱਥੋਂ ਲੀਟਰ ਭਰ ਕੇ ਨਾਲ ਜਾਣਾ ਖੇਤਾਂ ਦਾ, ਜਿਵੇਂ ਝੋਨੇ ਦੇ ਵਿੱਚ ਇੱਥੇ ਚੱਕਣਾ ਪਾਣੀ, ਖੇਤ ਵਿੱਚ ਚੱਕ ਕੇ ਸਿੱਧਾ ਬੂਟੇ ਨੂੰ ਪਾਣੀ ਪਾ ਦੇਗਾ ਆਪਾਂ, ਮੈਂ ਥੋੜ੍ਹਾ ਇੰਨਾ ਵੀ ਜ਼ਰੂਰ ਬੇਨਤੀ ਕਰ ਦਿਉ, 100 ਕੁ ਬੂਟਾ ਤਕਰੀਬਨ ਲਾਤਾ, ਵੀ ਮਿਹਨਤ ਨਾ ਬਈ ਜਾਇਆ ਜਾਣ ਦਿਓ, ਵੀ ਸਾਰੇ ਜਣੇ ਦੇ ਮੁੰਡਿਆਂ ਦੇ ਰਲ ਕੇ ਜਾਣੀ ਕਿ ਸੇਵਾ ਕੀਤੀ ਆ, ਵੀ ਜ਼ਰੂਰ ਕੋਸ਼ਿਸ਼ ਕਰਿਓ ਬੂਟਿਆਂ ਨੂੰ ਬਚਾਇਓ, ਵੀ ਖਰਾਬ ਨਾ ਹੋਣ ਦਿਓ, ਮੱਚਣ ਨਾ ਦਿਓ, ਕਿਉਂਕਿ ਅੱਜ ਕੱਲ੍ਹ ਤਾਂ ਪਾਣੀ ਪੂਣੀ ਪਾਉਣਾ ਬੜਾ ਔਖਾ ਨਹੀਂ ਹੈਗਾ, ਜਿਵੇਂ ਝੋਨੇ ਨੂੰ ਪਾਣੀ ਲੱਗਾ ਹੋਇਆ ਵਾ, ਉਹਦਾ ਤੁਰਿਆ ਜਾਂਦਾ ਬੰਦਾ ਵੀ ਪਾਣੀ ਪਾ ਜਾਂਦਾ ਆਪਦੇ ਖੇਤਾਂ ਦੇ ਮੱਥੇ ਵਾਲਾ, ਕਿੰਨੇ ਕੁ ਬੂਟੇ ਦੇ ਖੇਤ ਦੇ ਮੱਥੇ ਲੱਗੇ ਹੋਣੇ, ਇੱਕ ਕਿੱਲੇ ਦੇ ਵਿੱਚ 10 ਬੂਟੇ ਮਸਾਂ ਲੱਗਦੇ ਹੋਣਗੇ ਤਕਰੀਬਨ, ਤੇ ਲੱਗੇ ਹੁਣ 10-12 ਇੱਕ ਕਿੱਲੇ ਦੇ ਵਿੱਚ, ਇੱਕ ਕਿੱਲੇ ਦੀ ਜਾਣੀ ਕਿ ਲੈਂਥ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ 10 ਬੂਟੇ ਪਾਣੀ ਬੜਾ ਪਾਉਣਾ ਬੜਾ ਔਖਾ ਨਹੀਂ ਹੈ।